ਸਿੱਖਿਆ ਦਾ ਸਤਰ ਉੱਚਾ ਉਠਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀ ਹਕੀਕਤ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਹੁਸ਼ਿਆਰਪੁਰ ਦੇ ਪਿੰਡ ਚੱਕ ਸਾਧੂ ਦੇ ਐਲੀਮੈਂਟਰੀ ਸਕੂਲ ਵਿੱਚ ਪਿਛਲੇ 6 ਮਹੀਨਿਆਂ ਤੋਂ ਕੋਈ ਵੀ ਪੱਕੇ ਤੌਰ 'ਤੇ ਟੀਚਰ ਨਾ ਹੋਣ 'ਤੇ ਪਿੰਡ ਦੀ ਪੰਚਾਇਤ ਨੇ ਸਕੂਲ ਨੂੰ ਤਾਲਾ ਲਗਾ ਦਿੱਤਾ ਅਤੇ ਪੰਚਾਇਤ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇੱਕ ਹਫ਼ਤੇ ਵਿੱਚ ਕੋਈ ਪੱਕਾ ਟੀਚਰ ਨਹੀਂ ਲਗਾਇਆ ਗਿਆ ਤਾਂ ਉਹ ਬੱਚਿਆਂ ਨੂੰ ਮਿਲੀਆਂ ਹੋਈਆਂ ਕਿਤਾਬਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਛੱਡ ਆਣਗੇ। 6-7 ਮਹੀਨੇ ਹੋ ਗਏ ਜਿਹੜਾ ਸਾਡੇ ਅਧਿਆਪਕ ਸੀਗੇ ਇੱਥੇ ਉਹਨਾਂ ਦੀ ਇਹਨਾਂ ਨੇ ਸੈਮੀਨਾਰਾਂ 'ਚ ਡਿਊਟੀ ਲਾਤੀ ਜਿਹੜੀ ਉਸ ਤੋਂ ਬਾਅਦ ਇੱਕ ਮੈਡਮ ਸੀਗੀ ਉਹਨਾਂ ਦੀ ਵੀ ਉਹਨੂੰ ਅਪਗ੍ਰੇਡ ਕਰਕੇ ਹੋਰ ਸਕੂਲ 'ਚ ਭੇਜਤਾ। ਉਸ ਤੋਂ ਬਾਅਦ ਅੱਜ ਇੱਕ ਸਕੂਲ ਦਾ ਅਧਿਆਪਕ ਆਉਂਦਾ ਫਿਰ ਦੂਜੇ ਦਿਨ ਦੂਜੇ ਸਕੂਲ ਦਾ ਅਧਿਆਪਕ ਆਉਂਦਾ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਇਹ ਲਗਾਤਾਰ ਸਿਲਸਿਲਾ ਜਾਰੀ ਹੈ ਬੱਚਿਆਂ ਨੂੰ। ਅੱਛਾ ਬੱਚਿਆਂ ਨੂੰ ਜਿਹੜਾ ਬੱਚੇ ਨੇ ਹੁਣ ਜੋ 60-70 ਬੱਚੇ ਇੱਕ ਕਮਰੇ 'ਚ ਤੂੜੇ ਹੋਏ ਨੇ ਤਾਂ ਉਹਨਾਂ ਨੇ ਗੱਲਾਂ ਕਰਨੀਆਂ, ਉਹਨਾਂ ਨੇ ਸ਼ਰਾਰਤਾਂ ਵੀ ਕਰਨੀਆਂ, ਫਿਰ ਉਹਨਾਂ ਨੂੰ ਹੈੱਡ ਡਾਊਨ ਕਰਕੇ ਸਾਰਾ ਦਿਨ ਬੈਂਚ ਦੇ ਉੱਤੇ ਮੂੰਹ ਰਹਿੰਦਾ ਜੀ। ਅਤੇ ਜਿਹੜਾ ਜਾਂ ਜਿਹੜੇ ਮੈਡਮਾਂ ਆਉਂਦੀਆਂ ਜਾਂ ਸਰ ਆਉਂਦੇ ਨੇ ਉਹ ਇਹੀ ਗੱਲ ਕਹਿੰਦੇ ਹੈਗੇ ਵੀ ਕਹਿੰਦੇ ਚੋਣੇ ਨੂੰ ਅਸੀਂ ਕਿਵੇਂ ਸਾਂਭੀਏ। ਉਹਨਾਂ ਨੂੰ ਮੈਂ ਦੱਸਿਆ ਵੀ ਚੋਣਾਂ ਤੁਹਾਡੇ ਵਾਸਤੇ ਆ, ਸਾਡੇ ਵਾਸਤੇ ਤਾਂ ਸਾਡਾ ਇੱਕ ਇੱਕ ਬੱਚਾ ਇੱਥੇ ਪੜ੍ਹਦਾ ਜੀ। ਬਸ ਇਸ ਬਿਮਾਰੀ ਹੈ ਜੋ ਆਉਣਾ ਹੀ ਨਹੀਂ ਹੈਗਾ, ਸਾਨੂੰ ਪਰਮਾਨੈਂਟ ਇੱਥੇ ਸਟਾਫ ਜਿਹੜਾ ਬੱਚਿਆਂ ਦੇ ਹਿਸਾਬ ਨਾਲ ਸਾਨੂੰ ਚਾਹੀਦਾ ਇੱਥੇ ਜਿਹੜੇ ਅਧਿਆਪਕ ਹੈਗੇ ਜੀ। ਅਤੇ ਅਸੀਂ ਫਿਰ ਕੱਲ੍ਹ ਪਰਸੋਂ ਦਾ ਹੀ ਸਾਡੀ ਸਕੀਮ ਸੀਗੀ ਬਾਹਰ ਚੱਲ ਰਹੀ ਇਹ ਵੀ ਅਗਰ ਅਧਿਆਪਕ ਨਹੀਂ ਭੇਜਦੇ ਤਾਂ ਅਸੀਂ ਇਹਨੂੰ ਤਾਲਾ ਲਾ ਕੇ ਉਸ ਤੋਂ ਬਾਅਦ ਹੁਣ ਥੋੜ੍ਹੀ ਦੇਰ ਦੇਖਦੇ ਹਾਂ ਉਹ ਕੀ ਕਰਦੇ ਨੇ। ਨਹੀਂ ਇਸ ਤੋਂ ਬਾਅਦ DO ਸਾਹਿਬ ਦੇ ਕੋਲ, DO ਸਾਹਿਬ ਤੋਂ ਬਾਅਦ ਫਿਰ ਸਿੱਧਾ DC ਸਾਹਿਬ ਦੇ ਕੋਲ ਜਾ ਕੇ ਅਸੀਂ ਜਿਹੜੀਆਂ ਸਰਕਾਰੀ ਕਿਤਾਬਾਂ ਦਿੱਤੀਆਂ ਹੋਈਆਂ ਉਹਨਾਂ ਦੇ ਦਫ਼ਤਰ ਦੇ ਅੱਗੇ ਢੇਰੀ ਲਾ ਦੇਣੀਆਂ ਜੀ। ਜੀ ਮੈਂ ਪਿੰਡ ਤੱਕ ਸਭ ਦੇ ਰਹਿਣ ਵਾਲਾ ਹਾਂ। ਮੈਂ 4-5 ਮਹੀਨੇ ਪਹਿਲਾਂ DO ਸਾਹਿਬ ਦੇ ਦਫ਼ਤਰ ਗਿਆ ਅਤੇ ਉਹਨਾਂ ਨੂੰ ਮੈਂ ਲਿਖ ਕੇ ਦੇਖ ਲਿਖਤੀ ਰੂਪ 'ਚ ਦੇ ਕੇ ਆਇਆ ਅਤੇ ਉਹਨੀ ਸਾਈਨ ਕਰਕੇ ਤਾਂ ਮੈਨੂੰ ਕਹਿੰਦੇ ਪੜ੍ਹਦਾ ਪੰਜਾਬ ਦਫ਼ਤਰ ਦੇ ਕੇ ਆਇਆ ਦਰਖਾਸਤ। ਉਹ ਦੇ ਕੇ ਆਉਂਦੀ ਦਰਖਾਸਤ ਨੂੰ ਅੱਜ ਕਿੰਨੇ ਮਹੀਨੇ ਹੋ ਗਏ ਤਾਂ ਕੋਈ ਮਾਸਟਰ ਕਹਿੰਦੇ ਵੀ ਬੰਦਾ 10 ਦਿਨਾਂ 'ਚ ਮਾਸਟਰ ਇੱਥੇ ਪਹੁੰਚ ਜੂਗਾ ਜੀ। ਅੱਜ 5 ਦਿਨ 10 ਦਿਨ ਦਾ ਕਿ 8-10 ਮਹੀਨੇ ਹੋ ਗਏ ਕੋਈ ਮਾਸਟਰ ਨਹੀਂ ਇੱਥੇ ਨਹੀਂ ਆਇਆ ਤਾਂ ਸਾਡੇ ਜਿਹੜੇ ਬੱਚਿਆਂ ਦਾ ਬੜਾ ਭਵਿੱਖ ਖਰਾਬ ਹੋ ਰਿਹਾ। ਇਸ ਕਰਕੇ ਬਹੁਤ ਮਾੜੀ ਕਾਰਗੁਜ਼ਾਰੀ ਹੈਗੀ ਆ ਕਿ ਸਾਨੂੰ ਇੱਥੇ ਮਾਸਟਰ ਚਾਹੀਦਾ ਜੀ, ਟੀਚਰ ਚਾਹੀਦਾ, ਸਾਡੇ ਨਿਆਣਿਆਂ ਦਾ ਭਵਿੱਖ ਖਰਾਬ ਹੋ ਰਿਹਾ ਜੀ। ਕਦੇ ਟੀਚਰ ਦੇਖਿਆ ਸਕੂਲ 'ਚ? ਹਾਂਜੀ। ਕੀ ਹਾਲ ਹੈ ਟੀਚਰਾਂ ਦਾ? ਨਵੇਂ ਤਾਂ ਨਵੇਂ ਸਰ ਆਉਂਦੇ, ਟੀਚਰ ਵੀ ਆਉਂਦੇ ਹੁੰਦੇ ਇੱਕ ਦਿਨ ਵਾਸਤੇ। ਅਸੀਂ ਉੱਥੋਂ ਫਿਰ ਕਹਿੰਦੇ ਸੀ DO ਸਾਹਿਬ ਨੂੰ ਮਿਲਣ ਜਾਣਾ ਉਹਨੇ। ਚੱਕ ਸਾਧੂ ਐਲੀਮੈਂਟਰੀ ਸਕੂਲ ਸਰ ਹੁੰਦਾ ਸੀਗਾ ਜੀ। ਪਹਿਲਾਂ 2 ਟੀਚਰ ਸੀਗੇ, ਇੱਕ ਪੜ੍ਹੋ ਪੰਜਾਬ ਪੜ੍ਹਾਓ, ਪੰਜਾਬ 'ਚ ਡਿਊਟੀ ਲੱਗ ਗਈ, ਫਿਰ ਸਿੰਗਲ ਟੀਚਰ ਚੱਲਦਾ ਰਿਹਾ ਕੁਛ ਵਿੱਚ। ਲੇਕਿਨ ਹੁਣ ਜਿਹੜੀ ਪਿਛਲੇ ਹਫ਼ਤੇ ਜਿਹੜੀ ਸਰਕਾਰ ਨੇ ਪ੍ਰਮੋਸ਼ਨਾਂ ਕੀਤੀਆਂ ਉਹਦੇ ਵਿੱਚ ਜਿਹੜਾ ਉਹ ਸਿੰਗਲ ਟੀਚਰ ਸੀਗਾ ਉਹਦੀ ਪ੍ਰਮੋਸ਼ਨ ਹੋ ਗਈ ਹੈ, ਸਕੂਲ 'ਚ ਟੀਚਰ ਜਿਹੜਾ ਹੈ ਉਹ ਟੀਚਰ ਲੈਸ ਹੋ ਗਿਆ ਜੀ ਸਕੂਲ 'ਚ। ਅਤੇ BPO ਨੇ ਹਫ਼ਤਾ ਦੀ ਐਡਜਸਟਮੈਂਟ ਸਕੂਲ ਦੀ ਕੀਤੀ ਸੀ, ਟੀਚਰ ਉੱਥੇ ਜਾਂਦਾ ਸੀਗਾ। ਅੱਜ ਪੰਚਾਇਤ ਸਾਡੇ ਕੋਲ ਵੀ ਆਈ ਸੀ, ਕਹਿੰਦੀ ਸੀਗੀ ਤਾਂ 15-20 ਮਿੰਟ ਦੇ ਵਿੱਚ ਔਰਡਰ ਰੈਡੀ ਹੈ ਸਾਡੇ ਕੋਲ। ਇੱਕ ਸਿੱਖਿਆ ਬੋਰਡ ਅਸੀਂ ਲੱਭ ਲਿਆ, ਉਹ ਸਿੱਖਿਆ ਬੋਰਡ ਪਰਮਾਨੈਂਟਲੀ ਉਸ ਸਕੂਲ 'ਚ ਜਿਹੜਾ ਹੈ ਉਹ ਐਡਜਸਟ ਕਰਤਾ ਜਾਏਗਾ।